दूजा रख लो कोई नहीं, पहला जेड़ा मर्जी तुसी कर लो भाई। एक आखिरी गल सुना लगा, जिवें राजा साहब के दरबार की खिदमत करते हो, राजा साहब की इज्जत करते हो, इस तरह पानी की इज्जत करते हो। पानी जिंदगी दे नाल ढलना शुरू कर दिता। जो असी जदाइया कर देना भी साडा उच्चा तेरा नीवा, तेरा नहीं उच्चा साडा नीवा, फिर हमेशा झगड़े होंगे, तो फिर उन्होंने भी दुख लगता जिसे पिछे असी झगड़ाई कर रहे। जो कोई कहे ना भी साडा उच्चा है, इन्नी क गल कह के नबेड़ दो भाई, तेरे वाला उच्चा ही साड़ी नी, असी पहले नीव, असी नीवे लोग, साडे वाला नीवे तेरा उच्चा, गल नहीं बढ़ गई। लड़ना किस लिए बाबे, लड़ाइया के कदम मसले हल हो? सिर तो वार के मापी जावे पानी, इथों तक भी पानी ने खेड़ा नहीं छड़िया। बंदा तुर लगदा जदों जहान विचों हर कोई मुंह दे विच आके पावे पानी, बंदा मर जावे ते रहेगी मिट्टी, उस मिट्टी नूं आप नवावे पानी। इथों तक भी गल नहीं मुकदी वे सजना, नाल कबरा तक बंदे दे जावे पानी। कड़ा अगे अगे तुर दे, वो अजे भी साडा खेड़ा नहीं छड़िया, क्योंकि उन्हें वादा किया होया साडे नाल। मैं तां ही कहना अपनी जिंदगी पानी वर्गी कर लो, जे राजा साहब नाल वादा किया ना बेसी तेरे, फिर वो नीवे हो जाओ। पानी का घड़ा तुसी देखिया होना, अर्थी दे नाल घड़ा अगे अगे जा रहा, वो अपना साथ निभा रहा, कहना मैं अजे नहीं तेनू छड़ सकता। देखो मर भी गया बंदा, उन्हें अजे भी वह साथ नहीं छड़िया, अजे भी नहीं छड़ूगा, देखो कितों तक गल जाऊगी। नाल कबरां तक बंदे दे जावे पानी, तीन दिन बाद गए हड्डियां नूं चुगण लई, हड्डियां नूं भी ठंडा कर जावे पानी, फिर सत घड़े भर के उपर डोह ते कहिंदे जे गर्म हो गए पानी। अजे भी कहिंदा मैं इहदा खेड़ा नहीं छड़ना, मेरा है। दो किलो का बंदा आया सी, क्वांटल का 50 किलो सत का हो गया, तो दो किलो का ही रह गया, अखीर दो किलो ही है। दो किलो का आया सी, दो किलो का ही रह गया। फिर माण किस चीज़ का बाबा जी, हुसन का, पैसे का, दौलत का, शौहरत का,
ਉੱਚੇ ਅਹੁਦੇ ਦਾ ਉੱਚੇ ਅਹੁਦੇਦਾਰੀਆਂ ਦਾ ਕਦੇ ਜ਼ਿੰਦਗੀ 'ਚ ਮਾਣ ਨਾ ਕਰਿਓ। ਇਹ ਕਮਾਉਣ ਨੂੰ ਤਾਂ ਲੱਖਾਂ ਸਾਲ ਲੱਗ ਜਾਂਦੇ, ਹਜ਼ਾਰਾਂ ਲੱਗ ਜਾਂਦੇ ਆ, ਪਰ ਉਹ ਖੋਣ ਵਾਲਾ ਇੱਕ ਮਿੰਟ ਨਹੀਂ ਲਾਉਂਦਾ। ਕੌਣ ਹੈ ਤੂੰ? ਕੰਮ ਕਰਾਂ ਮੈਂ। ਕਦੇ ਵੀ ਜ਼ਿੰਦਗੀ 'ਚ ਕਿਸੇ ਚੀਜ਼ ਦਾ ਘਮੰਡ ਨਾ ਕਰਿਓ। ਔਰ ਜੇ ਕਦੇ ਘਮੰਡ ਆ ਵੀ ਜਾਵੇ, ਸ਼ਮਸ਼ਾਨ ਘਾਟ ਦਾ ਗੇੜਾ ਮਾਰਿਓ। ਆਪਣੇ ਤੋਂ ਵੱਡੇ ਵੱਡੇ ਉੱਥੇ ਖਾਕ ਹੋਏ ਪਏ, ਵੱਡੇ ਵੱਡੇ ਧਨੰਤ, ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਦੁਨੀਆ ਜਿੱਤ ਲੈਣੀ। ਅਤੇ ਜੇ ਉਸ ਤੋਂ ਵੀ ਵੱਡਾ ਦੇਖਣਾ ਜਾ ਕੇ PGI ਜ਼ਰੂਰ ਜਿਹੜਾ ਮਰ ਗਿਆ, ਸਾਡੇ ਤੋਂ ਵੱਡੇ ਵੱਡੇ 8-8 ਫੁੱਟ ਦੇ ਨੌਜਵਾਨ ਉੱਥੇ ਵੱਢ ਵੱਢ ਕੇ ਰੱਖੇ ਹੋਏ, ਕੀ ਔਕਾਤ ਉਹਨਾਂ ਦੀ? ਸ਼ੁਕਰ ਮਨਾਇਆ ਕਰੋ, ਤੁਹਾਨੂੰ ਜ਼ਿੰਦਗੀ ਦਿੱਤੀ ਹੈ ਉਸ ਅੱਲਾ ਪਾਕ ਨੇ, ਉਸ ਵਾਹਿਗੁਰੂ ਨਿਰੰਕਾਰ ਨੇ, ਸ਼ੁਕਰ ਮਨਾਇਆ ਕਰੋ। ਕਿਸੇ ਦੀ ਚੜ੍ਹਾਈ ਨੂੰ ਦੇਖ ਕੇ ਨਹੀਂ ਮਚਣਾ ਚਾਹੀਦਾ। ਐਵੇਂ ਕਹੋ ਸਤਿਗੁਰ ਅੱਜ ਇਹਨੂੰ ਕੀਤਾ, ਕਦੇ ਸਾਨੂੰ ਵੀ ਕਰੇ। ਰੋਟੀ ਦੀ ਬੁਰਕੀ ਮਿਲ ਰਹੀ ਆ, ਬਹੁਤ ਵੱਡੀ ਗੱਲ। ਤੇ ਦੁਨੀਆਂ ਦੇ 20% ਲੋਕ ਇੱਦਾਂ ਦੇ ਬਾਬਾ ਜੀ ਜਿਹੜੇ ਰੋਟੀ ਨੂੰ ਸ਼ਾਮ ਨੂੰ ਤਰਸਦੇ ਆ। ਕਿੱਥੇ ਮੈਨੂੰ ਭੇਜਣ ਦੀ ਕਾਹਲੀ? ਮੈਂ ਹਨੂੰਮਾਨਗੜ੍ਹ ਜਾਣਾ ਹੁਣ ਪ੍ਰੋਗਰਾਮ ਨਾਲ, ਹਨੂੰਮਾਨਗੜ੍ਹ ਤੋਂ ਹੀ ਆਏ ਹਾਂ, ਇੱਥੋਂ ਗਾ ਕੇ ਫਿਰ ਹੁਣ ਹਨੂੰਮਾਨਗੜ੍ਹ ਜਾਣਾ। ਜ਼ਿੰਦਗੀ 'ਚ ਕਦੇ ਮਨ ਨਹੀਂ ਕਰਨਾ। ਮੈਨੂੰ ਆ ਕੇ ਕਹਿਣ ਲੱਗੇ ਕਮੇਟੀ ਗਿੱਲ ਸਾਹਿਬ, ਕਹਿੰਦੇ ਵੀ ਪੈਸੇ ਹੋਣੇ ਚਾਹੀਦੇ ਸਾਡਾ। ਚਲੋ ਕਲਾਕਾਰ ਦਾ ਇੱਕ ਰੂਲ ਹੁੰਦਾ ਵੀ ਚਲੋ ਸਟੇਜ ਤੋਂ ਪਹਿਲੇ ਪੈਸੇ ਮਿਲੇ, ਵੀ ਬਾਅਦ ਦੇ ਵਿੱਚ ਗੱਡੀ ਕੋਲ ਲੱਗੀ ਹੋਵੇ ਚੜੋ ਜਾਓ। ਕਹਿੰਦੇ ਕੁਲਦੀਪ ਮਾਨਕ ਵਾਂਗੂ ਪਹਿਲੇ ਲੈਣੇ। ਮੈਂ ਕੌਣ ਆ ਬਾਬਾ ਜੀ? ਮੈਂ ਕੋਈ ਗੱਲ ਕਹੀ ਕਿ ਮੈਨੂੰ 3 ਦਿਨ ਬਾਅਦ ਵੀ ਮਿਲ ਜਾਣਗੇ, ਮੈਨੂੰ ਕੋਈ ਦੁੱਖ ਨਹੀਂ, ਔਰ ਨਾ ਵੀ ਮਿਲਣਗੇ ਮੈਨੂੰ ਕੋਈ ਦੁੱਖ ਨਹੀਂ। ਕਸਮ ਖਾ ਕੇ ਕਹਿੰਦਾ ਮੈਨੂੰ ਕੋਈ ਦੁੱਖ ਨਹੀਂ, ਮਿਲਣਾ ਹੀ ਮਿਲਣਗੇ। ਰੋਟੀ ਮਿਲ ਗਈ ਹੈ ਤਾਂ ਰਾਤ ਨੂੰ ਉੱਥੇ ਜਾ ਕੇ ਖਾ ਲੈਣੀ ਅਤੇ ਭੁੱਲ ਜਾਓ ਜੋ ਕਰਕੇ ਆਏ, ਇਹੀ ਸੋਚਾਂਗੇ ਸੇਵਾ ਹੀ ਸੀ, ਕੋਈ ਦੁੱਖ ਨਹੀਂ। ਪਰ ਜ਼ਿੰਦਗੀ 'ਚ ਕਿਸੇ ਚੀਜ਼ ਦਾ ਮਾਣ ਨਹੀਂ ਕਰਨਾ। ਆ ਜਾਓ ਉਸੇ ਪਾਣੀ 'ਤੇ, ਉਹ ਪਾਣੀ ਅਜੇ ਖੜਾ ਹੈ, ਤੁਹਾਡੀ ਉਡੀਕ ਕਰ ਰਿਹਾ। 3 ਦਿਨ ਬਾਅਦ ਇਹ ਹੱਡੀਆਂ ਨੂੰ ਚੁਗਣ ਲਈ, ਹੱਡੀਆਂ ਨੂੰ ਠੰਡਾ ਕਰ ਜਾਵੇ ਪਾਣੀ, ਹੱਡੀਆਂ ਨੂੰ ਧੋ ਕੇ ਟੰਗ ਕਿੱਲੀ ਦਿੱਤਾ ਹੈ, ਫੁੱਲਾਂ ਦਾ ਰੂਪ ਦੇ ਜਾਵੇ ਪਾਣੀ। ਹੁਣ ਹੱਡੀਆਂ ਫੁੱਲ ਬਣ ਗਈਆਂ, ਤੇ ਜਦੋਂ ਹੱਡੀਆਂ ਫੁੱਲ ਬਣ ਗਈਆਂ, ਹੱਡੀਆਂ ਨੂੰ ਫੁੱਲਾਂ ਦਾ ਰੂਪ ਦੇ ਜਾਵੇ ਪਾਣੀ, ਹੱਡੀਆਂ ਨੂੰ ਟੰਗ ਕਿੱਲੀ ਦਿੱਤਾ ਉਹ ਕੋਲ ਬੈਠ ਕੇ ਉਸ ਨੂੰ ਬਾਣੀ ਸੁਣਾਵੇ ਪਾਣੀ। ਫਿਰ ਜਦੋਂ ਬਾਣੀ ਪੜਦੇ ਕੋਲ ਇੱਕ ਮਟਕਾ ਭਰ ਕੇ ਧਰਦੇ, ਉਹ ਅਜੇ ਵੀ ਗਵਾਹ ਉੱਥੇ ਹੀ ਬੈਠਾ ਹੈ ਜਿਹੜਾ ਬੰਦੇ ਨੂੰ ਕੁੱਲ ਉੱਥੋਂ ਲੈ ਕੇ ਆਇਆ। ਬੰਦੇ ਦੀ ਹੱਡੀਆਂ ਬਣ ਗਈਆਂ ਝੋਲੇ 'ਚ ਪਾ ਕੇ ਟੰਗ ਦਿੱਤੀਆਂ, ਅਜੇ ਵੀ ਗੁੱਠ ਦੇ ਉੱਪਰ ਰੇਤ ਦੇ ਉੱਪਰ ਘੜਾ ਪਾਣੀ ਦਾ ਉਹਦੀ ਗਵਾਹੀ ਭਰ ਲਈ ਬੈਠਾ ਕਿ ਮੈਂ ਅਜੇ ਇਹਦਾ ਸਾਥ ਨਹੀਂ ਛੱਡਣਾ। ਫਿਰ ਇੱਕ ਪਾਣੀ ਨਹੀਂ ਸਾਥ ਛੱਡਦਾ, ਤੇ ਜੇ ਤੁਸੀਂ ਰਾਜਾ ਸਾਹਿਬ ਨਾਲ ਲਾ ਲਈ ਫਿਰ ਉਹ ਤੁਹਾਡਾ ਸਾਥ ਕਿਵੇਂ ਛੱਡ ਦੂਗਾ? ਉਹ ਤੇ ਇੱਕ ਬਹੁਤ ਵੱਡੀ ਪਦਵੀ, ਅਜੇ ਵੀ ਨਹੀਂ ਖੜਾ ਛੱਡਿਆ। ਦੇਖੋ ਅੱਗੇ ਕੀ ਕਹਿੰਦਾ, ਕੋਲ ਬਹਿ ਕੇ ਉਸ ਹੱਡੀਆਂ ਨੂੰ ਬਾਣੀ ਸੁਣਾਵੇ ਪਾਣੀ, ਇੱਥੋਂ ਤੱਕ ਵੀ ਖੈੜਾ ਨਹੀਂ ਛੁੱਟਿਆ ਵੇ ਕਾਸ਼ੀਆ, ਉਹ 12 ਦਿਨ ਬਾਅਦ ਲੈ ਗਿਆ ਹਰਿਦੁਆਰ ਤੈਨੂੰ ਆਏ, ਉਹ ਤੇ ਨਾਲ ਹੱਡੀਆਂ ਨੂੰ ਰੋੜ ਕੇ ਲੈ ਜਾਵੇ ਪਾਣੀ, ਹੱਡੀਆਂ ਨੂੰ ਰੋੜ ਕੇ ਲੈ ਜਾ ਪਾਣੀ ਦੀ ਇੱਜ਼ਤ ਕਰਿਆ ਕਰੋ, ਕਿਤੇ ਟੂਟੀ ਚੱਲਦੀ ਹੋਵੇ ਬੰਦ ਕਰ ਦਿਆ ਕਰੋ, ਫਾਲਤੂ ਪਾਣੀ ਵੇਸਟ ਕਿਉਂ ਕਰਨਾ? ਸਾਡੇ ਗਿੱਲ ਸਾਹਿਬ ਬੈਠੇ ਆ, ਗਿੱਲ ਸਾਹਿਬ ਨੂੰ ਪਤਾ ਹੋਊਗਾ, ਹੋਰ ਬਜ਼ੁਰਗ ਬੈਠੇ ਆ। ਸਾਡੇ ਪੜਦਾਦਿਆਂ ਤੋਂ ਪਹਿਲੇ ਗੁਰੂਆਂ ਪੀਰਾਂ ਨੇ, ਉਹਨਾਂ ਨੇ ਸਾਗਰਾਂ 'ਚੋਂ ਪਾਣੀ ਨੂੰ ਪੀਤਾ, ਦਰਿਆਵਾਂ 'ਚੋਂ ਪਾਣੀ ਪੀਤਾ, ਪੀਣ ਦੇ ਲਾਇਕ ਸੀ। ਉਸ ਤੋਂ ਬਾਅਦ ਕੁਝ ਸਮਾਂ ਬੀਤਿਆ, ਅਸੀਂ ਖੂਹਾਂ ਤੋਂ ਪਾਣੀ ਪੀਣ ਲੱਗ ਗਏ। ਉਸ ਤੋਂ ਬਾਅਦ ਕੁਝ ਸਮਾਂ ਬੀਤਿਆ, ਅਸੀਂ ਮੋਟਰਾਂ ਤੋਂ ਪਾਣੀ ਪੀਣ ਲੱਗ ਗਏ। ਉਸ ਤੋਂ ਬਾਅਦ ਕੁਝ ਸਮਾਂ ਬੀਤਿਆ, ਅਸੀਂ ਖਾਲਿਆਂ 'ਚੋਂ ਪਾਣੀ ਪੀਣ ਲੱਗ ਗਏ। ਜਿਮੀਦਾਰ ਖਾਲੇ 'ਚੋਂ ਮਾਰ ਕੇ ਚੱਲ ਪਾਣੀ ਪੀ ਲੈਂਦਾ ਸੀ, ਖਾਲਿਆਂ 'ਚੋਂ ਪਾਣੀ ਪੀਣ ਲੱਗ ਗਿਆ। ਕੁਝ ਸਮਾਂ ਬੀਤਿਆ, ਨਲਕੇ ਆ ਗਏ, ਨਲਕਿਆਂ ਤੋਂ ਟਿਊਬਵੈੱਲ ਤੋਂ ਪਾਣੀ ਪੀਣ ਲੱਗ ਗਏ। ਕੁਝ ਸਮਾਂ ਬੀਤਿਆ, 5 ਲੀਟਰ ਦੀ ਕੈਨ ਆਉਂਦੀ ਸੀ 15 ਦੀ, ਉਹ 'ਚੋਂ ਪਾਣੀ ਪੀਣ ਲੱਗ ਗਿਆ ਕੈਂਪਰਾਂ 'ਚੋਂ। ਕੁਝ ਸਮਾਂ ਬੀਤਿਆ, ਫਿਰ ਲੀਟਰ ਦੀ ਬੋਤਲ ਆ ਗਈ। ਕੁਝ ਸਮਾਂ ਬੀਤਿਆ, ਹੁਣ ਤੁਹਾਡੇ ਸਾਹਮਣੇ ਉਹ ਬੋਤਲ ਪਈ ਹੈ ਪਹੀਏ ਦੀ ਆ ਗਈ। ਫਿਰ ਇਸ ਤੋਂ ਬਾਅਦ ਕਹਾਣੀ ਖਤਮ ਹੋ ਗਈ। ਇਸ ਤੋਂ ਬਾਅਦ ਕੀ ਘੁੱਟ ਰਹੇਗੀ? ਤੇ ਮੈਂ ਪਹਿਲੇ ਕਹਿ ਕੇ ਗਿਆ ਕਿ ਕਲਯੁਗ ਦਾ ਦੌਰ ਇਦਾਂ ਦਾ, ਇੱਕ ਘੁੱਟ ਪਿੱਛੇ ਭਾਈ ਭਾਈ ਨੂੰ ਮਾਰ ਦੂੰਗਾ। ਉਹ ਬੋਤਲ ਪਈ ਹੋਣੀ, ਦਿਖਾਓ ਕਿੱਥੇ ਮੈਨੂੰ, ਆ ਦੇਖੋ ਆ ਕੀ ਆ ਪਾਣੀ ਇਹਦੇ 'ਚ। ਇਹ ਦਰਿਆਵਾਂ ਦਾ ਪਾਣੀ ਸਿਰਫ ਇੱਡੀ ਕੁ ਬੋਤਲ ਦੇ ਵਿੱਚ ਬੰਦ ਹੋ ਗਿਆ, ਜਿਹੜੇ ਦਰਿਆਵਾਂ ਤੋਂ ਪਾਣੀ ਪੀਂਦੇ ਸੀ। ਪਰ ਇਸ ਤੋਂ ਬਾਅਦ ਕੀ ਹੋਊਗਾ? ਇੱਡੀ ਬੋਤਲ ਆ ਜੂਗੀ,
उस तो बाद फिर घुट रह गई। फिर कलजोत कह रहा भी मेरा तो जोर एडा है बाबा जी, मैं तो एक घुट पिछे भाई नूं मार दूंगा। जे ओही दरियावा दा पानी चाहिए सच नूं फड़ लो, उस बाबे नानक दी बाणी नूं, उस वाहेगुरु निरंकार नूं, उस सच दे राह राजा साहिब दे मजारे नूं अंदर वसा लो कि हुण तां तेरे आ, ना किसी का माड़ा करिए ते ना साडा माड़ा होण दे। फिर देखते रहो दिन दुगनी ते रात चौगनी किदां तरक्की होंदी है, ते जे ना होई ते असीं गाउणा छड्ड देंगे बाबे दा। बोलिए सच दरबार की गाउण च वजाउण च किसी प्रकार की कोई गलती गुस्ताखी मेरे को, साउंड वाले को, किसी भी को, मेरे नाल आई टीम को, असीं नौकर हां तुहाडे, किसी भी तरह की गलती गुस्ताखी किसी की शान के खिलाफ कोई शब्द बोलिया गया होवे, अरदास तुहाडे चरणा च शीश झुका के माफी मंगदा। ज्यौंदे रहे ते बार बार मिलांगे, ज्यौंदे रहे ते बार बार मिलांगे, नहीं ते गिल साहब सीधा हरिद्वार मिलांगे, हर की पौड़ी बैठा होंगे जो मर्जी आके मिल लो। बोली सच दरबार की बाबा जी, असीं